मोबाइल फोन दे विचों जिहड़ी आ 1,44,910 पेज जिहड़े आ ओह उहनां दा डाटा जिहड़ा ओह मिलिया, जिहनूं उस डाटे नूं कंप्लीट उहदा एनालिसिस करन वास्ते इहदे कोलों पुछगिछ करन वास्ते जां इह किस चीज़ नाल संबंधित डाटा उहदे वास्ते सानूं 2 दिन दा होर पुलिस रिमांड चाहीदा जी। क्योंकि उहदे विच प्रोसीक्यूशन ने सबमिशन अपनी इह कीती, साडी सबमिशन इह सी पिछले लगभग 12 दिन तों इस गल दे उत्ते, क्योंकि पहले दिन इहदा अपना इहदा पिस्टल ओनर बरामद कर लिया जी, पहले दिन ही पिस्टल का जिहड़ा लाइसेंस बरामद कर लिया, पहले दिन ही जिहड़ी आ इहदी कार बरामद कर ली, उहदे विचों मिलिया मटीरियल बरामद कर लिया, तो उहदे तों बाद इह जिहड़ी आ 12 दिन दे विच पुलिस की सिर्फ तो सिर्फ इक्को सबमिशन रही जी, अहीं इहदे फोन दे उत्तों जिहड़ी आ उह फोन चों रिकॉर्ड लैणा, फोन चों रिकॉर्ड लिया उहदी अहीं एनालिसिस करना, एनालिसिस कीता जी। हुण जिहड़ा इह अहीं अपनी आई जी बार्डर रेंज दे जिहड़ा कर लिया उहनां दे जिहड़ा डिजिटल लैब है उहदे विचों जिहड़ा इहदा सानूं डाटा जिहड़ा उहदी सीलबंद रिपोर्ट बरामद होई आ जी। उस तों बाद हुण अज्ज उहनां दी इहदी हार्ड डिस्क दे विचों 1,44,910 पेज जिहड़े उह रिकवर होए ने, उहनां सारियां दा अहीं जिहड़ी आ उह पुछगिछ करदे आ। ਹੁਣ ਅੱਗੋਂ ਕੀ ਰਿਮਾਂਡ ਮਿਲਿਆ ਜਾਂ ਪੁਲਿਸ ਨੇ ਜੁਡੀਸ਼ੀਅਲ? ਨਹੀਂ, ਪੁਲਿਸ ਨੇ ਤਾਂ ਡਿਮਾਂਡ ਕੀਤੀ ਰਿਮਾਂਡ ਦੀ, ਬਟ ਜੱਜ ਸਾਹਿਬ ਨੇ ਸਾਡੀ ਦਲੀਲ ਸੁਣਨ ਤੋਂ ਬਾਅਦ ਉਹਦਾ ਜਿਹੜਾ ਉਹਨੂੰ ਜੁਡੀਸ਼ੀਅਲ ਕਸਟਡੀ 'ਚ ਭੇਜ ਦਿੱਤਾ, ਫਰਦਰ ਰਿਮਾਂਡ ਨਹੀਂ ਮਿਲਿਆ। ਹੁਣ ਉਹਦੀ 1-12 ਵਾਸਤੇ ਉਹਨੂੰ ਦੁਬਾਰਾ ਜਿਹੜਾ ਉਹ ਅਦਾਲਤ ਵਿੱਚ ਪੇਸ਼ ਕੀਤਾ ਗਿਆ 14 ਦਿਨ ਵਾਸਤੇ, ਅਤੇ ਹਰ ਤਰੀਕ 'ਤੇ ਆਏਗਾ ਜੀ ਸੰਦੀਪ ਸਿੰਘ? ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੁਝ ਵਾਰ ਜਿਹੜਾ ਉਹ ਵੀਡੀਓ ਕਾਨਫਰੰਸ ਦੁਆਰਾ ਵੀ ਜਿਹੜੀ ਆ ਉਹ ਪੇਸ਼ੀ ਲੱਗ ਜਾਂਦੇ ਹੋ ਜਾਂਦੀ ਆ, ਬਟ ਇਹ ਅਦਾਲਤ ਅਤੇ ਜੇਲ੍ਹ ਐਡਮਿਨਿਸਟ੍ਰੇਸ਼ਨ ਦਾ ਵੀ ਉਹਨਾਂ ਨੇ ਕਿਵੇਂ ਕਰਨਾ। ਸਰ ਆਪਣਾ ਨਾਮ ਦੱਸ? ਮੇਰਾ ਨਾਮ ਐਡਵੋਕੇਟ ਮਾਨਵਨੰਦ, ਅਤੇ ਇਹਦੇ ਵਿੱਚ ਅੱਜ ਪ੍ਰੋਸੀਕਿਊਸ਼ਨ ਨੇ 2 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ। ਇਹਦੇ ਵਿੱਚ 2 ਦਿਨ ਦੀ ਪੁਲਿਸ ਰਿਮਾਂਡ ਐਪਲੀਕੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਕੁਛ 101,44,910 ਡਾਕੂਮੈਂਟ ਜਿਹੜੇ ਕਿ ਰਿਟਰੀਵ ਹੋਏ ਨੇ, ਉਹਨੂੰ ਕਨਫਰੰਟ ਕਰਨ ਲਈ ਪੁਲਿਸ ਨੇ 2 ਦਿਨ ਦਾ ਰਿਮਾਂਡ ਮੰਗਿਆ ਸੀ ਆਪਣੀ ਐਪਲੀਕੇਸ਼ਨ ਵਿੱਚ। ਪਰ ਜੱਜ ਸਾਹਿਬ ਨੇ ਦੋਵਾਂ ਪਾਰਟੀਆਂ ਨੂੰ ਆਰਗੂਮੈਂਟਸ ਨੂੰ ਕੰਸਿਡਰ ਕਰਦੇ ਹੋਏ ਇਹਦੇ ਵਿੱਚ ਜਿਹੜਾ ਅੱਜ ਪੁਲਿਸ ਰਿਮਾਂਡ ਡਿਕਲਾਈਨ ਕਰਤਾ, ਅਤੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਐਕਿਊਜ਼ ਸੰਦੀਪ ਸਿੰਘ ਨੂੰ ਰੈਫਰ ਕੀਤਾ ਇਹਦੇ ਵਿੱਚ। ਜੋ ਰਿਮਾਂਡ ਦੇ ਵਿੱਚ ਸਾਹਮਣੇ ਆਇਆ ਸੀ ਉਹ ਸੀ ਕਿ ਕੁਛ 81 ਜਿਹੜੇ ਨੰਬਰਸ ਨੇ ਉਹਨਾਂ ਉੱਤੇ ਪੁਲਿਸ ਨੇ ਜਾਂਚ ਪੜਤਾਲ ਕਰਨੀ ਸੀ, ਜਿਨ੍ਹਾਂ ਉੱਤੇ ਰਿਪੀਟਿਡ ਕਾਲਸ ਹੋਈਆਂ ਸੀ। ਉਸ ਤੋਂ ਇਲਾਵਾ ਜਿਹੜੀ ਮੋਬਾਈਲ ਨੂੰ ਐਨਾਲਿਸਿਸ ਲਈ ਭੇਜਿਆ ਸੀ ਉਹਦੇ ਵਿੱਚ ਕੁਛ 1,44,000 ਜਿਹੜੇ ਡਾਕੂਮੈਂਟਸ ਨੇ ਉਹ ਜਿਹੜੇ ਸੀ ਉਹ ਕਨਫਰੰਟ ਕਰਨੇ ਸੀ, ਜੋ ਕਿ ਇਨਵੈਸਟੀਗੇਸ਼ਨ ਦਾ ਪਾਰਟ ਨੇ। ਉਹ 1,44,000 ਡਾਕੂਮੈਂਟਸ ਨੂੰ ਮੇਨਲੀ ਕਨਫਰੰਟ ਕਰਾਉਣ ਲਈ ਜਾਂ ਉਹਦੇ ਵਿੱਚ ਸ਼ਾਰਟਲਿਸਟ ਕਰਨ ਲਈ ਕਿ ਕਿਹੜਾ ਕੋਈ ਡਾਕੂਮੈਂਟ ਹੈ ਜਿਹੜਾ ਕਨਫਰੰਟ ਕਰਾਉਣਾ ਐਕਿਊਜ਼ ਨੂੰ, ਉਹਦੇ ਲਈ ਅੱਜ 2 ਦਿਨ ਦਾ ਰਿਮਾਂਡ ਸੌਟ ਕੀਤਾ ਸੀ, ਜੋ ਕਿ ਮਾਨਯੋਗ ਕੋਰਟ ਨੇ ਡਿਕਲਾਈਨ ਕੀਤਾ ਔਰ ਅਕੋਰਡਿੰਗਲੀ ਜੁਡੀਸ਼ੀਅਲ ਕਸਟਡੀ ਭੇਜਿਆ। ਸਰ ਪੁਲਿਸ ਜਿਹੜੇ ਹੈ ਉਹ 81 ਨੰਬਰਸ ਦੇ ਵਿੱਚ ਜਿਹੜੇ ਲੋਕ ਉਹਨਾਂ ਨੂੰ ਸ਼ੱਕੀ ਲੱਗ ਰਹੇ ਨੇ ਉਹਨਾਂ ਨੂੰ ਇਨਵੈਸਟੀਗੇਸ਼ਨ ਦਾ ਉਹ ਪਾਰਟ ਬਣਾ ਰਹੇ ਨੇ। ਰੈਸਟ ਆਲ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ, ਉਹਦੇ ਵਿੱਚ ਹਲੇ ਕੋਈ ਪੁਖਤਾ ਆਇਆ ਨਹੀਂ ਕਿ ਕੌਣ ਉਹਦੇ ਵਿੱਚ ਇਨਵੋਲਵ ਹੈ ਕਿ ਨਹੀਂ, ਹਲੇ ਇਨਵੈਸਟੀਗੇਸ਼ਨ ਜਿਹੜੀ ਸੀ ਉਹ ਇਨ ਪ੍ਰੋਗਰੈਸ ਸੀ। ਸੋ ਉਹਦੇ ਵਾਸਤੇ ਹੀ ਰਿਮਾਂਡ ਜਿਹੜਾ ਸੀ ਫਰਦਰ ਸੀਕ ਕੀਤਾ ਗਿਆ ਸੀ, ਜੋ ਮਾਨਯੋਗ ਕੋਰਟ ਨੇ ਡਿਕਲਾਈਨ ਕੀਤਾ। ਉਹ ਜੁਡੀਸ਼ੀਅਲ ਰਿਮਾਂਡ ਕੀਤਾ, ਪੁਲਿਸ ਰਿਮਾਂਡ ਨਹੀਂ ਮਿਲਿਆ। ਥੈਂਕ ਯੂ।